26 ਜਨਵਰੀ ਨੂੰ ਅਸੀਂ ਟਰੈਕਟਰ ਮਾਰਚ 500 ਜਗ੍ਹਾ ਦੇਸ਼ ਦੇ ਵਿੱਚ ਅਤੇ 100 ਜਗ੍ਹਾ ਤੋਂ ਉੱਪਰ ਅਸੀਂ ਪੰਜਾਬ ਦੇ ਵਿੱਚ ਕਰ ਰਹੇ ਹਾਂ। ਅਤੇ ਉਸ ਤੋਂ ਬਾਅਦ ਅਸੀਂ 16 ਫਰਵਰੀ ਦਾ ਜਿਹੜਾ ਭਾਰਤ ਬੰਦ ਦਾ ਵੀ ਸੱਦਾ ਦਿੱਤਾ ਹੋਇਆ ਉਹ ਭਾਰਤ ਬੰਦ ਵੀ ਕਰਾਂਗੇ। ਸਾਡੀ ਨਾ ਲੁਧਿਆਣੇ ਦੀ ਚੋਣ ਬਾਕੀ ਸੀਗੀ, ਉਹ ਅੱਜ ਅਸੀਂ ਮਸਰਦਾਰ ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਲੁਧਿਆਣਾ ਦੇ ਅੱਜ ਪ੍ਰਧਾਨ ਬਣ ਗਏ ਨੇ। ਉਹਨਾਂ ਨੇ ਆਪਣੀ ਟੀਮ ਵੀ ਚੁਣ ਲਈ ਆ ਅਤੇ ਬਾਕੀ ਬਲਾਕਾਂ ਦੇ ਵੀ ਦੋ ਪ੍ਰਧਾਨ ਸੀ ਮਾਛੀਵਾੜੇ ਦਾ, ਉਹਨਾਂ ਦਾ ਬਲਾਕ ਵੀ ਪ੍ਰਧਾਨ ਬਣਾਏ ਨੇ। ਉਹ ਟੀਮ ਦੀ ਚੋਣ ਸੀ। ਦੂਸਰੀ ਸਾਡੀ ਗੱਲ ਸੀ ਜਿਹੜੀ 26 ਤਰੀਕ ਨੂੰ 26 ਜਨਵਰੀ ਨੂੰ ਅਸੀਂ ਟਰੈਕਟਰ ਮਾਰਚ 500 ਜਗ੍ਹਾ ਦੇਸ਼ ਦੇ ਵਿੱਚ ਅਤੇ 100 ਜਗ੍ਹਾ ਤੋਂ ਉੱਪਰ ਅਸੀਂ ਪੰਜਾਬ ਦੇ ਵਿੱਚ ਕਰ ਰਹੇ ਹਾਂ। ਉਹਦੇ ਤਹਿਤ ਸਮਰਾਲੇ ਦੇ ਵਿੱਚ ਅਸੀਂ ਟਰੈਕਟਰ ਮਾਰਚ ਜਿਹੜਾ ਬੌਂਦਲੀ ਕਾਲਜ ਦੇ ਕੋਲੋਂ ਸ਼ੁਰੂ ਕਰਾਂਗੇ। 10:30 ਸਾਰਿਆਂ ਨੇ ਉੱਥੇ ਪਹੁੰਚਣਾ, 11 ਵਜੇ ਉੱਥੋਂ ਠੀਕ ਜਿਹੜਾ ਟਰੈਕਟਰ ਮਾਰਚ ਸ਼ੁਰੂ ਹੋਜੂਗਾ। ਉਹ ਸ਼ਹਿਰ ਵਿੱਚ ਦੀ ਹੁੰਦਾ ਹਵਾਇਆ ਇਸ ਤਰ੍ਹਾਂ SDM ਦਫ਼ਤਰ ਕੋਲ ਆਜੂਗਾ। ਉਸ ਤੋਂ ਬਾਅਦ ਅਸੀਂ ਗੇੜਾ ਦੇ ਕੇ ਵਾਪਸੀ ਕਰ ਲਵਾਂਗੇ। ਉਹ 'ਚ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਮੁੱਖ ਮੰਗਾਂ ਨੇ, ਉਹਦੇ 'ਚ MSP ਦੀ ਮੁੱਖ ਮੰਗ ਆ, ਉਹਦੇ 'ਚ ਕਰਜ਼ਾ ਮਾਫੀ ਦੀ ਮੁੱਖ ਮੰਗ ਆ ਸਾਡੀ, ਉਹਦੇ 'ਚ ਜਿਹੜਾ ਸਾਡਾ ਨੂੰ ਇਨਸਾਫ਼ ਨਹੀਂ ਮਿਲਿਆ ਲਖਮੀਰਪੁਰ ਖੀਰੀ ਉਹਦੀ ਮੁੱਖ ਮੰਗ ਆ, ਫਸਲ ਬੀਮਾ ਯੋਜਨਾ ਅਤੇ ਬਜ਼ੁਰਗਾਂ ਨੂੰ 10,000 ਰੁਪਈਆ ਜਿਹੜੀ ਪੈਨਸ਼ਨ ਆ ਉਹਦੀ ਅਸੀਂ ਸਾਡੀਆਂ ਮੁੱਖ ਮੰਗਾਂ ਨੂੰ ਲੈ ਕੇ ਇਹ ਅਸੀਂ ਜਿਹੜਾ ਟਰੈਕਟਰ ਮਾਰਚ ਕਰ ਰਹੇ ਹਾਂ। ਅਤੇ ਉਸ ਤੋਂ ਬਾਅਦ ਅਸੀਂ 16 ਫਰਵਰੀ ਦਾ ਜਿਹੜਾ ਭਾਰਤ ਬੰਦ ਦਾ ਵੀ ਸੱਦਾ ਦਿੱਤਾ ਹੋਇਆ ਉਹ ਭਾਰਤ ਬੰਦ ਵੀ ਕਰਾਂਗੇ। ਅਤੇ ਅਸੀਂ ਸੈਂਟਰ ਸਰਕਾਰ ਨੂੰ ਕਹਿੰਦੇ ਹਾਂ ਵੀ 2024 ਆ ਗਈ ਆ, ਸਾਡੀ ਅਜੇ ਆਮਦਨ ਦੁੱਗਣੀ ਨਹੀਂ ਹੋਈ। ਬੇਨਤੀ ਕਰਾਂਗੇ ਜੇ ਉਹਨਾਂ ਨੇ ਵੋਟਾਂ ਲੈਣੀਆਂ, ਜੇ ਕੁਛ ਉਹਨਾਂ ਨੇ ਕੋਈ ਕਰਨਾ ਤਾਂ ਸਾਡੀ ਹੁਣ ਆਉਣ ਵਾਲੇ 20 ਦਿਨ ਦੇ ਵਿੱਚ ਸਾਡੇ ਜਿਹੜੇ ਰੇਟ ਵਧਾਏ ਜਾਣ। ਸਵਾਮੀਨਾਥਨ C2+50 ਦੇ ਪ੍ਰਸੈਂਟ ਦੇ ਹਿਸਾਬ ਨਾਲ ਸਾਨੂੰ ਜਿਹੜਾ ਰੇਟ ਦਿੱਤਾ ਜਾਵੇ ਅਤੇ ਸਾਡੀ ਜਿਹੜੀ ਆਮਦਨ ਉਹ ਦੁੱਗਣੀ ਕੀਤੀ ਜਾਵੇ, ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਵੱਡੇ ਸੰਘਰਸ਼ ਜਿਹੜੇ ਅਸੀਂ ਇਹ ਕਰਦੇ ਰਹਾਂ। ਜਿਹੜਾ 26 ਤਰੀਕ ਨੂੰ ਟਰੈਕਟਰ ਮਾਰਚ ਕੀਤਾ ਜਾ ਰਿਹਾ ਵਿੱਚ ਇਹਦੇ ਵਿੱਚ ਕਿਹੜੀ ਕਿਹੜੀ ਜਥੇਬੰਦੀਆਂ? ਇਹਦੇ 'ਚ 32 SKM ਦੀਆਂ ਸਾਡੀਆਂ ਜਥੇਬੰਦੀਆਂ ਨੇ, 5 ਜਥੇਬੰਦੀਆਂ ਰਾਜੇਵਾਲ ਸਾਹਿਬ ਨਾਲ ਉਹ ਵੀ ਹੈ ਸ਼ਾਮਿਲ ਹੋ ਗਈਆਂ ਨੇ, 37 ਜਥੇਬੰਦੀਆਂ ਸੀ ਜਿਹੜੀਆਂ ਪੰਜਾਬ ਦੇ ਵਿੱਚ ਅਸੀਂ ਇਹ ਟਰੈਕਟਰ ਮਾਰਚ ਕਰਾਂਗੇ। ਲਖਵਾਲ ਸਾਹਿਬ, ਗੱਲ ਕਰੀਏ ਮੰਗਾਂ ਪੁਰਾਣੀਆਂ ਨੇ ਅਤੇ ਸੰਘਰਸ਼ ਲੰਬਾ ਹੋ ਗਿਆ, ਕੰਨਾਂ 'ਤੇ ਜੂ ਨਹੀਂ ਸਰਕ ਰਹੀ, ਕੀ ਕਹਿਣਾ ਚਾਹੋਗੇ ਅਤੇ ਖਸ ਕਿੰਨਾ ਕਰੋਗੇ ਅੱਗੇ ਜਾ ਕੇ? ਅਸੀਂ 28 ਨੂੰ ਫਿਰ ਮੀਟਿੰਗ ਸੱਦੀ ਹੋਈ ਆ SKM ਦੀ, ਲੁਧਿਆਣੇ ਹੋਊਗੀ, ਉਹਦੇ 'ਚ ਅਗਲੇ ਸੰਘਰਸ਼ ਦਾ ਵੀ ਅਸੀਂ ਐਲਾਨ ਕਰਾਂਗੇ। ਅਸੀਂ ਪੂਰਾ ਤਿੱਖਾ ਸੰਘਰਸ਼ ਕਰਾਂਗੇ ਤਾਂ ਕਿ ਸਰਕਾਰ ਨੂੰ ਜਗਾਇਆ ਜਾਵੇ ਜਿਹੜੀ ਸੁੱਤੀ ਪਈ ਆ। ਇਹਨਾਂ ਨੂੰ ਤਾਂ ਲੱਗਦਾ ਵੀ ਐਵੇਂ ਹੀ ਅਸੀਂ ਨਾਵਾਂ 'ਤੇ ਵੋਟਾਂ ਲੈ ਲੈਂਦੇ ਹਾਂ, ਐਵੇਂ ਲੋਕਾਂ ਦੇ ਨਾਂ ਇੱਧਰ ਉੱਧਰ ਕਰਕੇ ਵੋਟਾਂ ਲੈ ਲੈਂਦੇ ਹਾਂ, ਪਰ ਇਸ ਤਰ੍ਹਾਂ ਹੁਣ ਲੋਕ ਸਿਆਣੇ ਹੋ ਗਿਆ, ਵੋਟਾਂ ਨਹੀਂ ਪਾਉਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਊ। ਕੋਈ ਜਿਹੜੀ 26 ਤਰੀਕ ਆ ਨਾ, ਇਹ ਬਹੁਤ ਮਹੱਤਤਾ ਰੱਖਦੀ ਆ। 26 ਨੂੰ ਅਸੀਂ ਉੱਥੋਂ ਦਿੱਲੀ ਨੂੰ ਚੱਲੇ ਸੀ, ਔਰ 26 ਨੂੰ ਉੱਥੇ ਸਾਰੇ ਦਿੱਲੀ ਦੇ ਵਿੱਚ ਸ਼ੰਘੂ ਬਾਰਡਰ 'ਤੇ ਪੰਜਾਬ 'ਚੋਂ ਵੀ ਟਰੈਕਟਰ ਇੰਨੇ ਕੁ ਆਏ ਸੀ, 2-2 ਟਰੈਕਟਰ ਮਗਰਾ ਪਾ ਕੇ ਚਲੇ ਗਏ ਸੀ ਵੀ ਅਸੀਂ ਦਿੱਲੀ ਨੂੰ ਚੁਕਾ ਕੇ ਆਵਾਂਗੇ। ਪਰ ਸਰਕਾਰ ਦੀ ਨੀਤੀ ਜਿਹੜੀ ਬਹੁਤ ਖਰਾਬ ਸੀ ਕਿ ਸਾਡੇ ਵਿੱਚ ਕੁਛ ਇਹੋ ਜਿਹੇ ਬੰਦੇ ਆ ਗਏ ਜਿਨ੍ਹਾਂ ਨੇ ਉਹਨੂੰ ਤਾਰ ਪੀਡੋ ਕਰਨ ਦੀ ਕੋਸ਼ਿਸ਼ ਕੀਤੀ। ਮੋਰਚਾ ਫਿਰ ਸੰਭਲਿਆ ਗਿਆ, ਸੰਭਲ ਤੋਂ ਬਾਅਦ ਸਾਡਾ ਜਿਹੜਾ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਵੀ ਅਸੀਂ ਕਾਲੇ ਕਾਨੂੰਨ ਵਾਪਸ ਕਰਾਉਂਦੇ ਹਾਂ, ਉਹ ਅਸੀਂ ਉਹਦਾ ਨੋਟੀਫਿਕੇਸ਼ਨ ਉੱਤੋਂ ਜਾਰੀ ਕਰਾ ਕੇ ਆਏ ਹਾਂ। ਔਰ ਦੂਜੀ ਸਾਨੂੰ ਲਿਖਤੀ ਰੂਪ 'ਚ ਮੰਗਾਂ ਦਿੱਤੀਆਂ ਸੀ। ਲਖੀਮਪੁਰ ਕੀਰੀ ਵਾਲਾ ਜਿਹੜਾ ਕੇਸ ਆ, ਸਾਡੇ 4 ਬੰਦੇ ਸ਼ਹੀਦ ਹੋਏ ਨੇ, 5ਵਾਂ ਪੱਤਰਕਾਰ ਸ਼ਹੀਦ ਹੋਇਆ, ਅਸੀਂ ਉਹਦਾ ਵੀ ਮੁਆਵਜ਼ਾ ਮੰਗਦੇ ਹਾਂ। ਉਹਨਾਂ ਬਾਰੇ ਸਾਰਾ ਇਹ ਪ੍ਰੋਗਰਾਮ ਜਿਹੜਾ 26 ਦਾ, ਇਹ ਉਹਨਾਂ ਕਰਕੇ ਰੱਖਿਆ ਹੋਇਆ, ਕਿਉਂਕਿ ਅਸੀਂ ਇਨਸਾਫ਼ ਚਾਹੁੰਦੇ ਹਾਂ। ਅਤੇ ਜਿੰਨੀਆਂ ਬਿਜਲੀ ਬਿੱਲ ਵੀ ਕਹਿੰਦਾ ਸੀ ਮੈਂ ਤੁਹਾਨੂੰ ਦਊਂਗਾ ਅਤੇ MSP ਵੀ ਦਊਂਗਾ ਸਾਰੇ ਭਾਰਤ ਦੇ ਵਿੱਚ, ਇਹਨਾਂ ਮੰਗਾਂ ਕਰਕੇ ਅਸੀਂ 26 ਤਰੀਕ ਜਿਹੜਾ ਚੁਣਿਆ, ਇਸ ਕਰਕੇ ਚੁਣਿਆ ਕਿ ਉਹ 26 ਦਿੱਲੀ ਮਾਰਚ ਕੀਤੀ ਸੀਗੀ ਅਤੇ ਸਾਰੇ ਭਾਰਤ ਦੇ ਵਿੱਚ 500 ਜਗ੍ਹਾ, ਪੰਜਾਬ ਦੇ ਵਿੱਚ ਤਾਂ ਤਹਿਸੀਲਾਂ 'ਚ ਦੇ ਜ਼ਿਲ੍ਹਿਆਂ 'ਚ ਤਾਂ ਸਾਰਿਆਂ 'ਚ ਹੀ ਹੋ ਰਿਹਾ।
ਅਤੇ ਅਸੀਂ ਇਹ ਰੋਸ ਪ੍ਰਗਟ ਕਰ ਰਹੇ ਹਾਂ ਔਰ ਸਰਕਾਰ ਨੂੰ ਦੱਸਦੇ ਹਾਂ ਵੀ ਅਸੀਂ ਝੁਕਣ ਵਾਲੇ ਨਹੀਂ, ਅਸੀਂ ਪਿੱਛੇ ਨਹੀਂ ਹਟਣ ਵਾਲੇ, ਅਸੀਂ ਜੋ ਕਹਿਤਾ ਉਹ ਕਰਤਾ ਔਰ ਉਹਨਾਂ ਨੂੰ ਇਹ ਦਿਖਾਵਾ ਪਤਾ ਲੱਗੂ ਵੀ ਹਲੇ ਕਿਸਾਨ ਜਾਗਦੇ ਨੇ। ਇਸ ਕਰਕੇ ਅਸੀਂ 26 ਮਾਰਚ ਕੀਤੀ ਆ।